ਸ਼ੀਲਾ। ਅੱਛਾ, ਕਿੱਥੋਂ ਆਏ ਤੁਸੀਂ ਵੀ? ਹੁਸ਼ਿਆਰਪੁਰ ਸੇ। ਅੱਛਾ, ਹੁਸ਼ਿਆਰਪੁਰ ਸੇ ਹੁਸ਼ਿਆਰਪੁਰ। ਅੱਛਾ, ਹਿੰਦੀ ਬੋਲਦੇ? ਅਸਲਾਮੁਅਲੈਕੁਮ, ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਔਰ ਮੈਂ ਹਾਂ ਇਰਫਾਨ ਸਮੋਰ। ਅਸੀਂ ਇਸ ਟਾਈਮ ਗੁਰਦੁਆਰਾ ਕਰਤਾਰਪੁਰ ਸਾਹਿਬ ਮੌਜੂਦ ਹਾਂ। ਯਾਤਰੀ ਆ ਰਹੇ ਨੇ, ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਇਸ ਟਾਈਮ ਮੇਰੇ ਨਾਲ ਇੱਕ ਗਰੁੱਪ ਖਲੋਤਾ ਹੈ ਯਾਤਰੀਆਂ ਦਾ, ਇੱਕ ਪੂਰਾ ਪਰਿਵਾਰ ਹੈ ਜਾਂ ਅਲੱਗ ਅਲੱਗ ਪਰਿਵਾਰ ਨਾਲ ਤਾਲੁਕ ਰੱਖਦੇ ਨੇ, ਇਹਨਾਂ ਨਾਲ ਗੱਲਬਾਤ ਕਰਨੇ ਆ, ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਆ ਜੀ ਆਪਦਾ? ਮੇਰਾ ਨਾਮ ਗੀਤਿਕਾ ਹੈ। ਅੱਛਾ, ਕਿੱਥੋਂ ਆਇਓ? ਮੈਂ ਹੁਸ਼ਿਆਰਪੁਰ ਪੰਜਾਬ ਤੋਂ ਆਈ ਹਾਂ। ਅੱਛਾ, ਹੁਸ਼ਿਆਰਪੁਰ? ਯੈਸ ਸਰ। ਅੱਛਾ, ਤੇ ਤੁਸੀਂ ਜੀ ਕੀ ਨਾਮ ਆ ਆਪ ਜੀ ਦਾ? ਸ਼ੀਲਾ। ਅੱਛਾ, ਕਿੱਥੋਂ ਆਏ ਤੁਸੀਂ ਵੀ? ਹੁਸ਼ਿਆਰਪੁਰ ਤੋਂ? ਹੁਸ਼ਿਆਰਪੁਰ ਸੇ। ਅੱਛਾ, ਹੁਸ਼ਿਆਰਪੁਰ ਸੇ ਹੁਸ਼ਿਆਰਪੁਰ। ਅੱਛਾ, ਹਿੰਦੀ ਬੋਲਦੇ? ਨਹੀਂ, ਪੰਜਾਬੀ ਵੀ ਬੋਲ ਲੈਂਦੇ ਹਾਂ। ਵੈਸੇ ਉੱਥੇ ਹੁਸ਼ਿਆਰਪੁਰ 'ਚ ਪੰਜਾਬੀ ਚੱਲਦੀ? ਭਾਅ ਜੀ ਦੱਸਣਗੇ। ਹੁਸ਼ਿਆਰਪੁਰ 'ਚ ਪਿਓਰ ਪੰਜਾਬੀ ਚੱਲਦੀ ਹੈ, ਜਿਸ ਤਰ੍ਹਾਂ ਆਪਣੇ ਇੱਥੇ ਪੰਜਾਬ ਹੈ, ਸੇਮ ਪਾਕਿਸਤਾਨ 'ਚ ਵੀ ਮਤਲਬ ਜਿਸ ਤਰ੍ਹਾਂ ਤੁਹਾਡੇ ਪੰਜਾਬੀ ਬੋਲੀ ਜਾਂਦੀ, ਸੇਮ ਪੰਜਾਬੀ ਸਾਡੇ ਇੱਥੇ ਹੁਸ਼ਿਆਰਪੁਰ 'ਚ ਬੋਲੀ ਜਾਂਦੀ ਹੈ। ਅਤੇ ਆਹ ਮਾਂ ਜੀ ਅਤੇ ਭੈਣ ਜੀ ਵਿੱਚ ਹਿੰਦੀ ਬੋਲ ਰਹੀਆਂ ਨੇ? ਉਹ ਇਸ ਤਰ੍ਹਾਂ ਨਾ ਜੀ, ਜਿਸ ਤਰ੍ਹਾਂ ਤੁਹਾਡੇ ਇੱਥੇ ਹੁਣ ਲਿਹਾਜਾ ਚੱਲਦਾ ਹੈ, ਉਸ ਹਿਸਾਬ ਨਾਲ ਹੀ ਸਾਰੇ ਬੋਲਣ ਦਾ ਤਰੀਕਾ ਸਮਝ ਲੈਂਦੇ ਨਾ, ਬਾਕੀ ਪੰਜਾਬੀ ਭਾਸ਼ਾ ਤਾਂ ਹਰ ਜਗ੍ਹਾ ਵਧੀਆ ਚੱਲਦੀ ਹੈ। ਅੱਛਾ, ਇੱਥੇ ਦੇ ਪੰਜਾਬੀਆਂ ਨੂੰ ਸ਼ੌਂਕ ਹੁੰਦਾ ਵਾ ਉਰਦੂ ਬੋਲਣ, ਉੱਧਰ ਹਿੰਦੀ ਕਹਿੰਦੇ ਆ, ਉੱਥੇ ਵੀ ਲੋਕਾਂ ਨੂੰ ਹੈਗਾ? ਉੱਥੇ ਸਾਡੇ ਹਿੰਦੀ ਚੱਲਦੀ ਹੈ ਜਿਸ ਤਰ੍ਹਾਂ ਤੁਹਾਡੇ ਇੱਥੇ ਉਰਦੂ ਚੱਲਦੀ ਹੈ, ਸੇਮ ਇਸੇ ਤਰ੍ਹਾਂ ਚੱਲ ਰਿਹਾ। ਅਤੇ ਭਾਅ ਜੀ ਕਰਦੇ ਕੀ ਹੋ? ਮੇਰਾ ਇਲੈਕਟ੍ਰੋਨਿਕ ਦਾ ਕੰਮ ਹੈ। ਅੱਛਾ ਜੀ, ਅਤੇ ਬਾਜੀ ਕੀ ਹਾਲ ਚਾਲ ਨੇ ਤੁਹਾਡੇ? ਵਧੀਆ ਜੀ, ਬਹੁਤ ਵਧੀਆ। ਤੁਸੀਂ ਪੰਜਾਬੀ ਬੋਲੋਗੇ ਜਾਂ ਹਿੰਦੀ? ਪੰਜਾਬੀ, ਪੰਜਾਬੀ। ਅਤੇ ਤੁਹਾਨੂੰ ਕੋਈ ਇੰਨਾ ਮਤਲਬ ਕੋਈ ਫੋਬੀਆ, ਕੋਈ ਕਰੇਜ਼ ਨਹੀਂ ਗਾ ਹਿੰਦੀ ਦਾ? ਨਹੀਂ ਹੈਗਾ, ਇੱਦਾਂ ਨਹੀਂ ਹੈ, ਪੰਜਾਬ ਤੋਂ ਆਏ ਪੰਜਾਬੀ ਬੋਲਾਂਗੇ ਇੱਥੇ ਆ ਕੇ। ਹਾਂਜੀ ਹਾਂਜੀ ਸਰ ਜੀ, ਆਹ ਤੁਹਾਡੇ ਕੀ ਹਾਲ ਚਾਲ ਨੇ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ। ਹਾਂਜੀ, ਇੱਕ ਹੀ ਪੂਰਾ ਪਰਿਵਾਰ? ਪੂਰਾ ਪਰਿਵਾਰ ਹੈ ਜੀ, ਪੂਰੀ ਪਰਿਵਾਰ ਹੈ ਅਸੀਂ ਸਾਰੇ ਇੱਕ ਦੂਜੇ। ਅੱਛਾ, ਆਪਸ 'ਚ ਜ਼ਰਾ ਇਹ ਜਿਸ ਤਰ੍ਹਾਂ ਇਹ ਮੇਰੇ ਵਾਈਫ ਨੇ, ਇਹ ਮੇਰੇ ਬੜੇ ਭਾਬੀ ਜੀ ਨੇ, ਉਹ ਸਾਡੀ ਮਾਤਾ ਜੀ ਨੇ, ਅਤੇ ਇਹ ਸਾਡੇ ਫਾਦਰ ਸਾਹਿਬ ਨੇ। ਅਤੇ ਭਾਬੀ ਜੀ, ਭਾਈ ਜੀ ਕਿੱਥੇ ਨੇ? ਭਾਈ ਜੀ ਉਹ ਅਭੀ ਬਾਹਰ ਹੀ ਗਏ ਹੈ, ਆਏ ਨੇ ਨਾ, ਕੈਮਰੇ ਕੇ ਸਾਹਮਣੇ ਨਹੀਂ ਆਤੇ, ਕੰਮ ਹੀ ਆਤੇ ਹੈ। ਅੱਛਾ, ਇਹ ਜਿਹੜੇ ਸਾਨੂੰ ਦੇਖ ਕੇ ਹੱਸ ਗਏ, ਆਹ ਭਾਜੀ ਖਲੋਤੇ ਨੇ, ਹਾਂ ਬਸ ਬਸ ਉਹੀ ਆ ਜਾਓ। ਅੱਛਾ ਅੱਛਾ, ਭਾਜੀ ਨੂੰ ਹੱਥ ਲਾ ਦਿਓ ਇੱਥੋਂ ਹੀ। ਤੇ ਆਪਣਾ ਅੱਛਾ ਪੂਰਾ ਪਰਿਵਾਰ ਆ ਗਿਆ, ਕੋਈ ਪਿੱਛੇ ਹੈ ਰਹਿ ਗਿਆ ਘਰ 'ਚ? ਹਾਂਜੀ, ਸਾਡੀ ਫੈਮਿਲੀ ਹਲੇ ਪਈ ਹੈ ਘਰ। ਅੱਛਾ, ਅਜੇ ਪਈ ਆ? ਬੱਚੇ ਸਾਰੇ ਪਈ ਆ? ਹਾਂਜੀ, ਸਾਡੇ ਸਾਰੇ ਬੱਚੇ ਉੱਥੇ ਘਰ ਪਈ। ਮਤਲਬ ਕੀ ਸੰਦੂਕ 'ਚ ਬੰਦ ਕਰ? ਚਾਚੀ ਹੈ, ਚਾਚਾ ਚਾਚੀ ਕੇ ਪਾਸ ਹੈ ਆਪਣੇ। ਅੱਛਾ, ਚਾਚੀ ਚਾਚੀ। ਹਾਂਜੀ, ਤੇ ਇਹ ਪੂਰੇ ਪਰਿਵਾਰ ਦਾ ਭਾਜੀ ਕਿੱਦਾਂ ਪਲਾਨ ਬਣਿਆ ਆਉਣ ਦਾ? ਪਲਾਨ ਬਸ 17 ਤਰੀਕ ਨੂੰ ਜਿਸ ਤਰ੍ਹਾਂ ਪਤਾ ਲੱਗਾ ਕਿ ਸਾਨੂੰ ਇੱਥੇ ਕੋਰੀਡੋਰ ਖੁੱਲ ਰਿਹਾ ਹੈ ਨਾ, ਤਾਂ ਫਿਰ ਅਸੀਂ ਰਜਿਸਟ੍ਰੇਸ਼ਨ ਕਰਵਾਉਣੀ ਸ਼ੁਰੂ ਕੀਤੀ, ਅਤੇ ਫਿਰ ਵਾਹਿਗੁਰੂ ਦੀ ਕਿਰਪਾ ਹੋ ਗਈ ਅਤੇ ਸਾਨੂੰ ਆਉਣ ਦਾ ਮੌਕਾ ਮਿਲ ਗਿਆ। ਅੱਛਾ, ਅਗਰ ਪੂਰਾ ਪਰਿਵਾਰ 5-7-10 ਬੰਦੇ ਰਜਿਸਟ੍ਰੇਸ਼ਨ ਕਰਾਉਂਦੇ ਨੇ ਤੇ ਸਾਰਿਆਂ ਦੀ ਇਕੱਠੀ ਹੋ ਜਾਂਦੀ ਹੈ? ਹਾਂ ਬਿਲਕੁਲ ਬਿਲਕੁਲ, ਬਾਈ ਚਾਂਸ ਹੁੰਦੀ ਹੈ? ਨਹੀਂ ਨਹੀਂ ਨਹੀਂ, ਕੋਈ ਪ੍ਰੋਬਲਮ ਨਹੀਂ ਇੱਦਾਂ ਦੀ। ਜਿਸ ਤਰ੍ਹਾਂ ਤੁਸੀਂ ਗਰੁੱਪ 'ਚ ਆਉਣਾ ਚਾਹੋ ਗਰੁੱਪ 'ਚ ਆ ਸਕਦੇ ਹਾਂ, ਜੇ ਇਕੱਲਾ ਇਕੱਲਾ ਆਉਣਾ ਚਾਹੋ ਇਕੱਲਾ ਇਕੱਲਾ ਆ ਸਕਦੇ ਹਾਂ, ਇੱਥੇ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਹੈ। ਅਤੇ ਆਪਣਾ ਇੱਥੇ ਜਦੋਂ ਗਰੁੱਪ 'ਚ ਤੁਸੀਂ ਆਏ ਤੇ ਤੁਸੀਂ ਦਿਨ ਖੁਦ ਸਿਲੈਕਟ ਕਰਦੇ ਹੋ ਜਾਂ ਉਹ ਉੱਥੇ ਮਤਲਬ ਆਰਡਰ ਉੱਥੋਂ ਆਉਂਦਾ ਕਿ ਫਲਾਂ ਦਿਨ? ਉੱਥੇ ਲਿਸਟ ਮਿਲ ਜਾਂਦੀ ਹੈ ਆਪਾਂ ਨੂੰ ਜਦੋਂ ਰਜਿਸਟ੍ਰੇਸ਼ਨ ਔਨਲਾਈਨ ਕਰਦੇ ਨਾ ਜੀ, ਲਿਸਟ ਖੁੱਲਦੀ ਹੈ, ਉਹਦੇ ਵਿੱਚ ਸਾਰੀ ਡੇਟਸ ਆ ਜਾਂਦੀਆਂ ਜਿਹੜੀਆਂ ਫ੍ਰੀ ਹੁੰਦੀਆਂ, ਤੁਹਾਡੀ ਮਰਜ਼ੀ ਹੈ ਜਿਹੜੀ ਡੇਟ ਸਿਲੈਕਟ ਕਰ ਲਓ, ਫਿਰ ਉਸ ਹਿਸਾਬ ਨਾਲ ਤੁਸੀਂ ਆਪਣੀ ਬੁਕਿੰਗ ਕਰਵਾ ਕੇ ਆ ਸਕਦੇ ਹੋ। ਅੱਛਾ ਬਾਜੀ, ਹੁਸ਼ਿਆਰਪੁਰ ਦੇ ਬਾਰੇ 'ਚ ਕੁਛ ਦੱਸੋ ਸਾਨੂੰ। ਹੁਸ਼ਿਆਰਪੁਰ 'ਚ ਬਹੁਤ ਵਧੀਆ ਜਗ੍ਹਾ ਹੈ, ਆਓ ਤੁਸੀਂ, ਅਤੇ ਖਾਣ ਦੀਆਂ ਚੀਜ਼ਾਂ ਵੀ, ਦੇਖਣ ਦੀ ਜਗ੍ਹਾ ਵੀ ਬਹੁਤ ਵਧੀਆ ਹੈ, ਪੂਰਾ ਪੰਜਾਬ। ਅੱਛਾ, ਉੱਥੇ ਖਾਸ ਚੀਜ਼ ਕਿਹੜੀ ਆ? ਖਾਸ ਤੇ ਖਾਣ ਦੀਆਂ ਚੀਜ਼ਾਂ ਬਹੁਤ ਵਧੀਆ ਮਿਲਦੀਆਂ ਨੇ, ਬਾਕੀ ਸਾਡੇ ਉੱਥੇ ਪੁਰਾਤਨ ਜਿਹੜਾ ਹੁਸ਼ਿਆਰਪੁਰ ਹੈ, ਬਹੁਤ ਪੁਰਾਤਨ ਹੁਸ਼ਿਆਰਪੁਰ, ਸ਼ੀਸ਼ ਮਹਿਲ ਬਣਿਆ ਸਾਡੇ ਉੱਥੇ,
ਉੱਥੇ ਕਾਫੀ ਇਸ ਤਰ੍ਹਾਂ ਇੱਥੇ ਫੇਮਸ ਗੁਰਦੁਆਰਾ ਹੈ ਕਰਤਾਰਪੁਰਾ, ਉੱਥੇ ਵੀ ਸਾਡੇ ਗੁਰਦੁਆਰੇ ਕਾਫੀ ਫੇਮਸ ਹੈਗੇ ਨੇ। ਹਿਲ ਸਟੇਸ਼ਨ ਸਾਡੇ ਬਿਲਕੁਲ ਨਾਲ ਹੈ, ਜਿਸ ਤਰ੍ਹਾਂ ਹਿਮਾਚਲ ਮਾਤਾ ਜਿਹੜੇ ਆਪਣੀ ਹਿੰਦੂ ਧਰਮ ਨਾਲ ਰਿਲੇਟਡ, ਹਿੰਦੂ ਧਰਮ ਨਾਲ ਰਿਲੇਟਡ ਮਾਤਾ ਦੇ ਜਿਹੜੇ ਸਾਰੇ ਹੈਗੇ ਉੱਥੇ ਸਾਡੇ ਬਹੁਤ ਨਜ਼ਦੀਕ ਹੈ। ਮਜ਼ੀਦ ਕੁਛ ਚੀਜ਼ਾਂ ਬਾਜੀ ਹੋਰੀ ਦੱਸ ਰਹੇ ਨੇ। ਹਾਂਜੀ ਭੈਣ ਜੀ। ਹਾਂਜੀ ਕਿਸ ਬਾਰੇ? ਹਾਂ ਹੋਰ ਕੀ ਆ ਉੱਥੇ? ਹਾਂਜੀ ਚਿੰਤਪੁਰਨੀ, ਜਵਾਲਾ ਦੇਵੀ ਮੰਦਿਰ, ਕਾਂਗੜਾ ਦੇਵੀ, ਨੈਣਾ ਦੇਵੀ, ਸਾਰੇ ਮਤਲਬ ਹੁਸ਼ਿਆਰਪੁਰ ਚੌਂਕ ਹੀ ਨਸਤਾ ਲੰਘਦਾ ਉਹਨਾਂ ਦਾ। ਅਤੇ ਆ ਤੁਸੀਂ ਹਿੰਦੀ ਬੋਲ ਰਹੇ ਸੀ, ਸ਼ੌਂਕ ਆ? ਹਾਂਜੀ ਸ਼ੌਂਕ ਵੀ ਰੱਖਦੇ ਹਾਂ ਅਸੀਂ, ਪੰਜਾਬੀ ਦੇ ਨਾਲ ਨਾਲ ਹਿੰਦੀ ਦਾ ਵੀ ਸ਼ੌਂਕ ਰੱਖਦੇ ਹਾਂ। ਅਤੇ ਕਰਦੇ ਕੀ ਤੁਸੀਂ? ਅਸੀਂ ਕੁਛ ਨਹੀਂ, ਹਾਊਸ ਵਾਈਫ ਹੀ ਹਾਂ। ਅੱਛਾ ਹਾਊਸ ਵਾਈਫ, ਬੱਚੇ ਬੱਚੇ ਸੰਭਾਲਦੇ? ਹਾਂਜੀ ਹਾਂਜੀ। ਅਤੇ ਭਾਅ ਜੀ ਕੀ ਕਰਦੇ? ਉਹਨਾਂ ਦਾ ਵੀ ਇਲੈਕਟ੍ਰੋਨਿਕ ਦਾ ਕੰਮ ਹੈ। ਅੱਛਾ ਦੋਨੇ ਭਰਾ ਇਲੈਕਟ੍ਰੋਨਿਕਸ ਦਾ ਕਰਦੇ? ਇਲੈਕਟ੍ਰੋਨਿਕਸ ਸਹੀ ਹੈ। ਹਾਂਜੀ ਅਤੇ ਇਲੈਕਟ੍ਰੋਨਿਕਸ ਦੀਆਂ ਚੀਜ਼ਾਂ ਅੱਗੇ ਆ ਜਾਓ, ਕੁਛ ਮਹਿੰਗੀਆਂ ਹੋਈਆਂ ਨੇ ਜਾਂ ਉੱਥੇ ਸਹੀ ਨੇ ਰੇਟ? ਨਹੀਂ ਨਹੀਂ ਮਹਿੰਗੀਆਂ ਤਾਂ ਸਾਰੀਆਂ ਹੋਈਆਂ, ਕਰੋਨਾ ਕਾਲ ਕਰਕੇ ਸਾਰੀਆਂ ਚੀਜ਼ਾਂ 'ਤੇ ਫਰਕ ਪੈ ਗਿਆ ਨਾ, ਸਾਰੀਆਂ ਚੀਜ਼ਾਂ ਕੋਸਟਲੀ ਹੋ ਗਈਆਂ। ਠੀਕ ਹੈ ਹਾਂਜੀ। ਅੱਛਾ ਨਾਜ਼ਰੀਨ, ਇਹ ਇੱਕ ਬੜਾ ਖੂਬਸੂਰਤ ਜਿਹਾ ਪਰਿਵਾਰ ਸੀ, ਮੇਰੀਆਂ ਭੈਣਾਂ ਸੀ, ਭਰਾ ਸੀ ਔਰ ਮਾਤਾ ਜੀ ਸਨ, ਭਾਈ ਸਾਹਿਬ ਸਨ, ਇਹਨਾਂ ਨਾਲ ਗੱਲਬਾਤ ਕਰ ਰਹੇ ਸਾਂ, ਬਹੁਤ ਅੱਛਾ ਲੱਗਾ ਸਾਨੂੰ ਗੱਲਬਾਤ ਕਰਕੇ, ਬਹੁਤ ਵਧੀਆ ਲੱਗਾ, ਉਮੀਦ ਹੈ ਤੁਹਾਨੂੰ ਵੀ ਪਸੰਦ ਆਇਆ ਹੋਵੇਗਾ। ਫਿਲਹਾਲ ਸਾਨੂੰ ਸਾਰਿਆਂ ਨੂੰ ਇਜਾਜ਼ਤ ਦਿਓ, ਰੱਬ ਰਾਖਾ।